ਜਿਹੜੀ ਗੱਲ ਆ ਆ ਜਿਹੜੀ ਵਰਤੋਂ ਹੈ ਨੀ ਮੇਰੇ ਯਾਰ ਕੈਮਰੇ ਦੇ ਮੂਹਰੇ ਤੁਸੀਂ ਖੜ ਕੇ ਕੁਸ਼ਤੀ ਕੀ ਦੇਖਣੀ ਲੋਕਾਂ ਇੱਧਰ ਹੋ ਕੇ ਲੋ ਜੋ ਫੈਸਲਾ ਇੱਧਰ ਇੱਧਰ ਆ ਜਾਓ ਕੋਈ ਗੱਲ ਨੀ ਲਾ ਉੱਪਰਲੇ ਪਾਸੇ ਤਾਲਾ ਮੈਂ ਬਾਬਾ ਫਲਾਈ ਵਾਲਾ ਚੱਲਦੀ ਹੋਈ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦੇ ਦਰਮਿਆਨ ਕਹਿੰਦਾ ਗੁੰਦਵੇਂ ਸਰੀਰਾਂ ਵਾਲੇ ਸੁਭਾਵੇਂ ਸਰੀਰਾਂ ਵਾਲੇ ਉਹ ਬਣ ਗਏ ਨੇ ਹੀਰੇ ਖੇਡ ਸੰਸਾਰ ਦੇ ਇਹ ਚਾਵਾਂ ਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰ ਦੇ ਕਿਸੇ ਨੇ ਬਣਾਇਆ ਯਾਰ ਉਹ ਟੋਲੇ ਉੱਤੇ ਬਾਜ ਬਈ ਪਾਟੀ ਉੱਤੇ ਮੋਰਨੀ ਦਾ ਪਹਿਲਾ ਸੀ ਰਿਵਾਜ ਬਈ ਕਹਿੰਦੇ ਕੀ ਸੀ ਪੈਰੀ ਪਾਈ ਜੁੱਤੀ ਤਿੱਲੇ ਤਾਰ ਦੇ ਚਾਵਾਂ ਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰ ਦੇ ਚਾਵਾਂ ਨਾਲ ਵੇਖੋ ਗੁੰਦਵੇਂ ਸਰੀਰਾਂ ਨੂੰ ਸ਼ਿੰਗਾਰ ਦੇ ਆ ਜਿਹੜੀ ਕਾਲੂ ਤੇ ਗੁੱਲੂ ਵਾਲੀ ਕੁਸ਼ਤੀ ਹੋਈ ਹੈ ਆ ਕਮੇਟੀ ਵੱਲੋਂ ਕੁਸ਼ਤੀ ਜਿਹੜੀ ਗੁੱਲੂ ਨੂੰ ਦਿੱਤੀ ਗਈ ਹੈ ਜੀ ਨੋਟ ਕਰ ਲਓ ਸ਼ਾਬਾ 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 ਲਓ ਮੁਕਾਬਲਾ ਜਿਹੜਾ ਚੱਲਦਾ ਇੱਧਰ ਮੈਦਾਨ ਦੇ ਵਿੱਚ ਇਹ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਧੰਨ ਜ਼ੋਰ ਜਵਾਨਾਂ ਦਾ ਲੈਜੰਡ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਸ਼ਾਬਾ 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 ਬਈ ਚਲੋ ਚਲੋ ਗੱਲ ਮੰਨੋ ਮਾਰੋ ਹੱਲਾ ਲਗਾਓ ਦਾ ਵਿੱਚ ਲਗੋਟਾ ਕਸ ਲਿਓ ਧਰਮਿੰਦਰ ਤੇ ਬੀਨਾ ਵੀ ਲਗੋਟਾ ਕਰ ਲਿਓ ਤਾਜ ਸਰੀ ਦਗੁਰਜੀਤ ਸ਼ਾਮ ਸਿੰਘ ਦਾ ਜਿਹੜਾ ਲਾਈਵ ਜੁੜਿਆ ਕੁਸ਼ਤੀ ਰਿਪੋਰਟਰ ਤਾਜ ਸਰੀ ਜਿਹੜਾ ਲਾਈਵ ਆਨੰਦ ਮਾਨਦਾ ਅੱਜ ਦੇ ਕੁਸ਼ਤੀ ਰਿੰਗ ਦਾ ਵੱਡਾ ਧੰਨਵਾਦ ਕਰਦੇ ਹਾਂ 25 ਸਤੰਬਰ ਸ਼ਾਹਪੁਰ ਦੀ ਧਰਤੀ ਤੇ ਵੱਡਾ ਨਿਕਲ ਕਰਵਾਇਆ ਜਾ ਰਿਹਾ ਸ਼ਾਹਪੁਰ ਦਗੁਰਜੀ ਨੇੜੇ ਬੀਨਾ ਨਗਰੀ ਸਾਰੇ ਦਰਸ਼ਕ ਉਹਨਾਂ ਲਾ ਕੇ ਪਹੁੰਚੀ ਹੋਈ ਸ਼ਾਬਾ 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 ਬਈ ਚਲੋ 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 ਘੁੰਮ ਫਿਰ ਕੇ ਘੁੰਮ ਫਿਰ ਕੇ ਫੌਜੀ ਸਾਹਿਬ ਘੁੰਮ ਫਿਰ ਕੇ ਜੀ ਬਰਾਬਰ ਹੈ
ਮੀਨਾ ਵੀ ਅੰਦਰਲੇ ਪਾਸੇ ਆ ਜਾਓ ਬਈ, ਮੀਨਾ ਦਿੱਲੀ ਅੰਦਰਲੇ ਪਾਸੇ ਆ ਜਾਓ, ਬੱਲੇ 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 ਆਦਰ ਲੱਗਾ ਹੋਇਆ ਜੀ ਉਹਦੇ ਚੱਲਦਾ ਹੋਇਆ ਮੁਕਾਬਲਾ ਜਿਹੜਾ ਇਹਨਾਂ ਗੱਭਰੂਆਂ ਦੇ ਦਰਮਿਆਨ ਹੈ। ਕਹਿੰਦਾ ਹੱਥ ਸਿਰ ਦੇ ਬਜ਼ੁਰਗਾਂ ਦਾ ਸੀ ਇੰਤਜ਼ਾਮ ਦਾ, ਜਿਵੇਂ ਰੂਹ ਕੋਈ ਮਿੱਤਰੋਂ ਰੋਹਾਨੀ ਹੁੰਦੀ ਸੀ ਉਦੋਂ ਸਸਤੀ ਖੁਰਾਕ ਅਤੇ ਸ਼ੁੱਧ ਘਿਓ ਸੀ, ਜਦੋਂ ਮਾਰਕੀਟ ਵਿੱਚ ਚੱਲਦੀ ਜਵਾਨੀ ਹੁੰਦੀ ਸੀ ਤੇ ਪੈਰ ਧੋਤੋਂ ਸੀ ਪੀਂਦੇ ਘਰ ਮੱਲ ਆਉਂਦੇ, ਉੱਚੀ ਰੱਬ ਤੋਂ ਵੀ ਜਦੋਂ ਭਲਵਾਨੀ ਹੁੰਦੀ ਸੀ ਉਦੋਂ ਮਾਰ ਲਲਕਾਰੇ ਪੂਰਾ ਬੜਕਾ ਸੀ ਮਾਰਦੇ, ਤਾਕਤ ਗੱਭਰੂ ਜਦੋਂ ਮਰਦਾਨੀ ਹੁੰਦੀ ਸੀ ਉਹ ਧੱਕੇ ਨਾ ਸੀ ਪੱਟੋ ਫੜ ਸੁੱਟ ਲੈਂਦੇ ਮੱਲ ਨੂੰ, ਜਦੋਂ ਸਾਡੇ ਉੱਤੇ ਮਜੀਦਿਆ ਜਵਾਨੀ ਹੁੰਦੀ ਸੀ, ਜਦੋਂ ਸਾਡੇ ਉੱਤੇ ਮਜੀਦਿਆ ਜਵਾਨੀ ਹੁੰਦੀ ਸੀ। ਵੱਡਾ ਮੁਕਾਬਲਾ ਚੱਲਦਾ ਮੈਦਾਨ ਦੇ ਵਿੱਚ, ਤਾਲਬ ਦੇ ਦੂਸਰੇ ਪਾਸੇ ਮੇਜਰ ਡੇਰਾ ਬਾਬਾ ਨਾਨਕ ਵਾਲਾ, ਚੱਲਦੀ ਹੋਈ ਕੁਸ਼ਤੀ ਜਿਹੜੀ ਇਹਨਾਂ ਗੱਭਰੂਆਂ ਦੇ ਦਰਮਿਆਨ ਹੈ। ਸ਼ਾਬਾਸ਼ ਸ਼ਾਬਾਸ਼ ਬਈ, ਚਲੋ ਚਲੋ ਮਾਰੋ ਹੱਲਾ ਲਗਾਓ ਦਾਬੇ ਚ, ਦਾਬੇ ਬਾਬਾ ਸਮਾਂ ਹੌਲੀ ਹੌਲੀ ਕਿੱਤਾ ਪੈਂਦਾ ਵੇਖ ਕੁਸ਼ਤੀ ਦਾ, ਅੱਜ ਹਰ ਕੋਈ ਜ਼ੋਰ ਹਜਮਾਉਂਦਾ ਏ, ਕੋਈ ਬਾਲੇਗੜ ਦਾ ਲੋਹੇ ਦੇ, ਕੋਈ ਜ਼ੋਰ ਕੱਟਾਂ ਦਾ ਲਾਉਂਦਾ ਏ, ਕੋਈ ਪੰਜ ਪੌੜੀ ਚੜ੍ਹਦਾ ਏ ਪੈਰਾਂ ਨਾਲ ਪਾਂਦਾ ਰੋੜੀ ਨੂੰ, ਕੋਈ ਹੱਥਾਂ ਦੀ ਮਜ਼ਬੂਤੀ ਲਈ ਉਸ ਰੋਜ਼ ਪਚਾਉਂਦੇ ਪੌੜੀ ਨੂੰ, ਕੋਈ ਰਸਤਾ ਪਾ ਕੇ ਟਾਲੀ ਨੂੰ ਫੁਰਤੀ ਨਾਲ ਉੱਪਰ ਚੜ੍ਹ ਜਾਂਦੇ, ਰਾਜੇ ਖੇਲੇ ਸ਼ੇਰ ਪੰਜਾਬ ਦੇ ਜੁਰਤਾਂ ਨਾਲ ਹੈ ਝੰਡੇ ਗੱਡ ਜਾਂਦੇ, ਰਾਜੇ ਖੇਲੇ ਸ਼ੇਰ ਪੰਜਾਬ ਦੇ ਜੁਰਤਾਂ ਨਾਲ ਹੈ ਝੰਡੇ ਗੱਡ ਜਾਂਦੇ। ਚਲੋ ਚਲੋ ਸ਼ਾਬਾਸ਼ 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 ਮਾਰੋ ਹੱਲਾ ਪਹਿਲਵਾਨੋ ਲਗਾਓ ਦਾ ਵਿੱਚ, ਆਜੋ ਆਜੋ ਮੀਨਾ ਤੇ ਮੀਨਾ ਇੱਧਰਲੇ ਪਾਸੇ ਆਜੋ ਬਈ, ਠੀਕ ਹੈ ਠੀਕ ਹੈ, ਲਗੋਟਾ ਕੱਸ ਲਓ ਜੀ ਮੀਨਾ ਤੇ, ਮੀਨਾ ਤੇ ਧਰਮਿੰਦਰ ਵੀ ਲਗੋਟੇ ਕੱਸ ਲਓ ਪਹਿਲਵਾਨ ਜੀ। ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬਈ, ਮਾਰੋ ਦਰਸ਼ਕੋ ਤਾੜੀਆਂ ਫਿਰ ਦਿਓ ਹੱਲਾ ਸ਼ੇਰੀ, ਲਓ ਮੁਕਾਬਲਾ ਜਿਹੜਾ ਚੱਲਦਾ ਹੋਇਆ ਇਹਨਾਂ ਗੱਭਰੂਆਂ ਦਰਮਿਆਨ ਚੱਲਦੀ ਹੋਈ ਕੁਸ਼ਤੀ ਹੈ। ਸ਼ਾਬਾ 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 ਸ਼ਾਬਾ, ਬੱਲੇ 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 ਬੱਲੇ, ਹੱਲਾ ਵੈਂਦਾ ਪੂਰਾ, ਜ਼ੋਰ ਪੂਰਾ ਲੱਗਾ ਹੋਇਆ, ਜਾਨ ਪੂਰੀ ਲੱਗੀ ਹੋਈ ਹੈ, ਆਰ ਪਾਰ ਦੇ ਕਮੇਟੀ ਕਹਿੰਦੇ ਫੈਸਲੇ ਹੋਣਗੇ, ਆਰ ਪਾਰ ਦੇ ਫੈਸਲੇ ਜਿਹੜੇ ਹੋਣਗੇ ਅੱਜ ਬਲੌਰ ਦੀ ਧਰਤੀ ਤੇ, ਮੱਲ ਵੱਡੇ ਜਿਹੜੇ ਬੁਲਾਏ ਹੈ ਅੱਜ ਦੇ ਸਮੇਂ ਦੇ ਸਟਾਰ ਮੱਲਾਂ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਲਓ ਜ਼ੋਰ ਪੂਰਾ ਲੱਗਾ, ਜਾਨ ਜਿਹੜੀ ਲੱਗੀ ਹੋਈ ਹੈ। ਸ਼ਾਬਾਸ਼ 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 ਸ਼ਾਬਾ ਬਈ, ਉਹ ਲਾ ਦਿਓ ਫਿਰ ਤਾੜੀਆਂ ਤੂੜੀਆਂ, ਪੈਸੇ ਜਿਹੜੇ ਵੀ ਭਲਵਾਨ ਦੇ ਰਹਿ ਗਏ ਆ ਲੈ ਲਓ, ਕਮੇਟੀ ਬਾਰ ਬਾਰ ਕਹਿ ਰਹੀ ਹੈ ਬਾਅਦ ਚ ਕਿਸੇ ਭਲਵਾਨ ਨੂੰ ਪੈਸੇ ਨਹੀਂ ਮਿਲਦੇ, ਨੋਟ ਕਰੋ। ਸ਼ਾਬਾਸ਼ ਸ਼ਾਬਾਸ਼ ਸ਼ਾਬਾ ਬਈ, ਜਿਹੜਾ ਬੰਦੇ ਉੱਪਰਲੇ ਪਾਸੇ ਹੈ ਅੱਜ ਬਹੁਤ ਵੱਡੇ ਪ੍ਰਬੰਧ ਜਿਹੜੇ ਕਮੇਟੀ ਨੇ ਕੀਤੇ ਆ, ਕੁਸ਼ਤੀ ਦੇ ਵਾਰਸ ਯੂਟਿਊਬ ਚੈਨਲ ਰਾਹੀਂ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਦੰਗਲ ਲਾਈਵ ਦਿਖਾਇਆ ਜਾ ਰਿਹਾ ਹੈ, ਡਰੋਨ ਦਾ ਜਿਹੜਾ ਖਾਸ ਪ੍ਰਬੰਧ ਹੈ, ਡਰੋਨ ਰਾਹੀਂ ਵੀ ਜਿਹੜਾ ਅੱਜ ਦਾ ਇਹ ਦੰਗਲ ਜਿਹੜਾ ਲਾਈਵ ਕਰਾਇਆ ਜਾ ਰਿਹਾ ਹੈ।
ਘੁੰਮ ਫਿਰ ਕੇ ਘੁੰਮ ਫਿਰ ਕੇ ਚਲੋ 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 ਸ਼ਾਬਾਸ਼ 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 ਬਈ ਬਈ ਗੱਡੀਆਂ ਜਿੰਨੇ ਮਰਜ਼ੀ ਚਲਾ ਤੂੰ ਬੇਟੀ ਕੋ ਪੁੱਛ ਲਓ ਸ਼ਾਬਾਸ਼ 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 ਬਈ ਪ੍ਰਾਪਤ ਕਰੇ ਜੀ ਚੇਅਰਮੈਨ ਰਾਜ ਕੁਮਾਰ
ਸੁਖੋੜਾ ਜੀ ਆਪਣੇ ਬਾਣਸਾਂ ਦਰਜ ਕਰ ਰਹੇ ਜੀ। ਜ਼ਿਲ੍ਹਾ ਵਾਈਸ ਪ੍ਰਧਾਨ ਗੋਰਾ ਸੈਣੀ ਜੀ ਆਪਣੀ ਮਾਨਸਾ ਪ੍ਰਾਪਤ ਕਰੇ ਜੀ। ਗੋਰਾ ਸੈਣੀ ਜੀ ਆਪਣੀ ਮਾਨਸਾ ਪ੍ਰਾਪਤ ਕਰ ਲਓ ਜੀ। ਭਾਜੀ ਇੱਕ ਮਿੰਟ ਮਾਨਸਾ ਵਾਲੇ ਕੀ ਕਰ ਲਈਏ, ਫਿਰ ਆਨੰਦ ਮਾਣੋ ਕੁਸ਼ਤੀ ਦਾ। ਮੁੰਡਾ ਵੱਖਰੇ ਜ਼ੋਰ ਦਿਖਾਉਂਦਾ ਏ, ਮੁੰਡਾ ਵੱਖਰੇ ਜ਼ੋਰ ਦਿਖਾਉਂਦਾ ਏ। ਇੱਕ ਮਿੰਟ ਆਓ ਮੇਰੀ ਬੇਨਤੀ ਹੈ ਐਮਐਸ ਸਰ, ਇੱਕ ਮਿੰਟ ਆਓ ਸਰ। ਇਹ ਫਾਈਨਲ ਸਾਡੀ ਫਾਈਨਲ ਕੁਸ਼ਤੀ ਜਿਹੜੀ ਇਹ ਕਰਾਈਏ, ਇੱਕ ਫੋਟੋ ਘੁੰਮ ਫਿਰ ਕੇ ਜੀ, ਘੁੰਮ ਫਿਰ ਕੇ। ਸ਼ਾਬਾਸ਼ ਮੇਰੀ ਤਾਲਮ ਦੇ ਮਿੱਤਰ ਦੇ ਦਰਮਿਆਨ ਜਿਹੜਾ ਮੁਕਾਬਲਾ ਚੱਲ ਰਿਹਾ ਹੈ, ਚੱਲਦੀ ਹੋਈ ਕੁਸ਼ਤੀ ਜਿਹੜੀ ਐਨ ਗੱਭਰੂਆਂ ਦੇ ਦਰਮਿਆਨ, ਜਲਦੀ ਕਰ ਰਹੇ ਜਲਦੀ ਦਰਸ਼ਕ ਨਾ ਥੋੜੇ ਜੇ ਉਧਰ ਗੁਰੂ ਸਾਡਾ ਭਰਾ ਅਖਨੂਰ ਵਾਲਾ ਜਿਹੜਾ ਮਲੇਸ਼ੀਆ ਤੋਂ ਲਾਈਵ ਆਨੰਦ ਮਾਣਦਾ ਅੱਜ ਵੀ ਕੁਸ਼ਤੀ ਸਿੰਘਾਂ ਦਾ, ਗੁਰੂ ਜੱਟ ਅਖਨੂਰ ਵਾਲਾ ਮਲੇਸ਼ੀਆ ਤੋਂ ਜਿਹੜਾ ਲਾਈਵ ਆਨੰਦ ਮਾਣਦਾ ਅੱਗੇ ਕੁਸ਼ਤੀ ਸਿੰਘਾਂ ਦਾ। ਚਲੋ ਚਲੋ ਸ਼ਾਬਾਸ਼ ਬਈ, ਕਰੋ ਜਿਹੜਾ ਵੀ ਲੈਣਾ ਸਨਮਾਨ ਭਾਜੀ ਦਰਸ਼ਕ ਦੇ ਤੋਰੇ। ਚਲੋ ਸ਼ਾਬਾਸ਼ ਵੱਡੇ ਮਾਨ ਸਨਮਾਨ ਜਿਹੜੇ ਭਲਵਾਨਾਂ ਦੇ ਕੀਤੇ ਜਾ ਰਹੇ ਹੈ, ਵੱਡੇ ਮਾਨ ਸਨਮਾਨ ਭਲਵਾਨਾਂ ਦੇ ਕੀਤੇ ਜਾ ਰਹੇ ਹੈ। ਨਾਲ ਹੀ ਕੁਸ਼ਤੀ ਸ਼ੁਰੂ ਕਰਾਤੀ ਹੈ, ਇੰਨਾ ਟਾਈਮ ਨਾਲ ਆਈ, ਹੁਣ ਫੋਟੋ ਕਰਾ ਕੇ ਨਾਲ ਹੀ ਕੁਸ਼ਤੀ ਜਿਹੜੀ ਸ਼ੁਰੂ ਕਰਾਈਏ ਜੀ। ਬਾਕੀ ਸਾਰੇ ਭਰਾ ਜਿਹੜੇ ਬੈਠ ਕੇ ਆਨੰਦ ਮਾਣਿਓ, ਜੋ
ਜਾਬਰ ਜੀ ਜਲੂ ਕਮੇਟੀ ਦੇ ਜਿੰਨੇ ਵੀ ਸਾਡੇ ਮੈਂਬਰ ਨੇ ਕਮੇਟੀ ਮੈਂਬਰ ਸਾਰੇ ਆਏ ਜੀ ਇੱਕ ਮਿੰਟ ਵਾਸਤੇ ਧੋਨੀ ਵੀ ਇੱਕ ਮਿੰਟ ਦੇ ਪਿਆ ਕਮੇਟੀ ਮੈਂਬਰ ਆ ਜਾਓ ਜੀ ਫੌਜੀ ਸਾਹਿਬ ਫੌਜੀ ਸਾਹਿਬ ਕਮੇਟੀ ਮੈਂਬਰ ਲੈ ਆਓ ਇੱਕ ਮਿੰਟ ਕਰਾਓ ਇੱਕ ਫੋਟੋ ਜੀ ਟਾਈਮ ਹੁਣ ਤੁਹਾਡਾ ਟਾਈਮ ਜ਼ਿਆਦਾ ਹੋ ਗਿਆ ਹਾਂ ਤੁਹਾਡਾ ਟਾਈਮ ਲੱਗ ਰਿਹਾ ਹੁਣ ਫਿਰ ਫੌਜੀ ਸਾਹਿਬ ਇਹਨੂੰ ਛੱਡ ਦਿਓ ਬਾਅਦ 'ਚ ਕਰ ਲਿਓ ਫੋਟੋ ਕਰਾਓ ਜੀ ਕਰੋ ਜੀ ਕਰੋ ਫੋਟੋ ਲਾ ਦੋ ਕੁਸ਼ਤੀ ਜਿਹੜੀ ਚੱਲਦੀ ਹੋਈ ਮੈਦਾਨ ਦੇ ਵਿੱਚ ਕਹਿੰਦਾ ਜਦ ਗੱਭਰੂ ਦੇ ਪੱਟ ਭਿੜਦੇ ਨੇ ਹਰ ਥਾਂ ਦੇ ਚਰਚੇ ਛਿੜਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਨੋਟ ਵੀ ਵੱਧਦੇ ਨੇ ਕਿ ਪੰਜੇ ਦੇ ਵਿੱਚ 500 ਮਾਂ ਦੀ ਢੇਲੀ ਖੋਟੀ ਦਾ ਸੁਖੀਆ ਵੱਢਣ ਤਾੜੀਆਂ ਜਦ ਘੁਲਦਾ ਮਨ ਕੋਈ ਚੋਟੀ ਦਾ ਸੁਖੀਆ ਵੱਢਣ ਤਾੜੀਆਂ ਜਦ ਘੁਲਦਾ ਮਨ ਕੋਈ ਚੋਟੀ ਦਾ ਤਾਲਬ ਦੇ ਮੇਜਰ ਰੈਫਰੀ ਦੇਖ ਰਹੇ ਹਾਂ ਰੈਫਰੀ ਦੇਖ ਰਹੇ ਹਾਂ ਪ੍ਰਵਾਨ ਜੀ ਸ਼ਾਬਾ ਚਲੋ ਜੀ ਫਲਾਹੀ